ਇਸ ਵਕਤ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਪਿੰਡ ਝੰਡਾ ਲਵਾਣਾ ਦੇ ਵਿੱਚ। ਇੱਥੇ ਪਾਣੀ ਦੇ ਨਾਲ ਪਿੰਡ ਦੇ ਹਾਲਾਤ ਬੱਤ ਤੋਂ ਬੱਤਰ ਬਣ ਚੁੱਕੇ ਆ। ਤੁਸੀਂ ਪਿੰਡ ਦੇ ਹਾਲਾਤ ਦੇਖੋਗੇ, ਪਿੰਡ ਐਂ ਲੱਗਦਾ ਕਿ ਦਰਿਆ ਦੇ ਵਿੱਚ ਪਿੰਡ ਬਣਾਇਆ ਗਿਆ ਹੈ। ਇੰਨੇ ਜ਼ਿਆਦਾ ਮੁਸ਼ਕਿਲ ਹਾਲਾਤ, ਇਹ ਸਾਰੇ ਪਿੰਡ ਦੇ ਲੋਕ ਮੌਤ ਬਾਹਰ ਖਲੋਤੇ ਆ। ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ, ਲੋਕ ਛੱਤਾਂ 'ਤੇ ਚੜ੍ਹ ਚੁੱਕੇ ਆ, ਲੋਕਾਂ ਦੇ ਘਰਾਂ ਦੀਆਂ ਕੰਧਾਂ 'ਚ ਦਰਾੜਾਂ ਪੈ ਚੁੱਕੀਆਂ, ਬਹੁਤ ਜ਼ਿਆਦਾ ਮਾੜੀ ਹਾਲਾਤ ਹੋ ਚੁੱਕੀ ਹੈ। ਇਸ ਘਟਨਾ ਨੂੰ ਤਕਰੀਬਨ 1.5 ਤੋਂ 2 ਦਿਨ ਹੋ ਗਿਆ, ਬਹੁਤ ਜ਼ਿਆਦਾ ਨੁਕਸਾਨ ਪਿੰਡ ਦਾ ਹੋ ਰਿਹਾ ਆ। ਅਸੀਂ ਇੱਥੇ ਆਏ ਹਾਂ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ, ਅਤੇ ਇਹਨਾਂ ਸਾਰਿਆਂ ਨੇ ਇਹੋ ਗੱਲ ਆਖੀ ਆ ਕਿ ਸਾਡੀ ਜਿੰਨੀ ਜਲਦੀ ਹੋ ਸਕਦਾ ਮਦਦ ਕੀਤੀ ਜਾਵੇ, ਕਿਉਂਕਿ ਜੇ ਪਾਣੀ ਦੁਬਾਰਾ ਛੱਡਿਆ ਗਿਆ ਤਾਂ ਹਾਲਾਤ ਹੋਰ ਵਿਗੜ ਸਕਦੇ ਆ। ਜਿਹੜੀ ਗੱਲ ਰਹੀ ਫਸਲਾਂ ਦੀ, ਫਸਲ ਇਹਨਾਂ 'ਚੋਂ ਕਿਸੇ ਦੀ ਵੀ ਨਹੀਂ ਬਚੀ ਹੈਗੀ, ਸਾਰਿਆਂ ਦੀਆਂ ਫਸਲਾਂ ਤਬਾਹ ਹੋ ਗਈਆਂ, ਭਾਵੇਂ ਕਿਸੇ ਦੀ ਮੱਕੀ ਆ, ਭਾਵੇਂ ਕਿਸੇ ਦਾ ਝੋਨਾ ਆ, ਭਾਵੇਂ ਜਿਹੜੀ ਵੀ ਕਿਸੇ ਨੇ ਫਸਲ ਬੀਜੀ ਆ, ਉਹ ਸਾਰੀਆਂ ਤਬਾਹ ਹੋ ਚੁੱਕੀਆਂ। ਅਤੇ ਜਿਹੜੀ ਗੱਲ ਰਹੀ ਆ ਮਾਲ ਡੰਗਰ ਦੀ, ਮਾਲ ਡੰਗਰ ਨੂੰ ਸਾਂਭਣਾ ਇਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ, ਕਿਉਂਕਿ ਇਹ ਆਪ ਤਾਂ ਛੱਤ 'ਤੇ ਚੜ੍ਹ ਸਕਦੇ ਆ, ਪਰ ਡੰਗਰ ਲੈ ਕੇ ਛੱਤ 'ਤੇ ਨਹੀਂ ਚੜ੍ਹ ਸਕਦੇ। ਜਿੰਨੀ ਜਲਦੀ ਹੋ ਸਕਦਾ ਪ੍ਰਸ਼ਾਸਨ ਨੂੰ ਇੱਥੇ ਪਹੁੰਚ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ। ਇਸ ਵਕਤ ਅਸੀਂ ਖੜ੍ਹੇ ਹਾਂ ਗੁਰਦਾਸਪੁਰ ਦੇ ਪਿੰਡ ਝੰਡਾ ਲਵਾਣਾ ਦੇ ਵਿੱਚ। ਇੱਥੇ ਪਾਣੀ ਦੇ ਨਾਲ ਪਿੰਡ ਦੇ ਹਾਲਾਤ ਬੱਤ ਤੋਂ ਬੱਤਰ ਬਣ ਚੁੱਕੇ ਆ। ਤੁਸੀਂ ਪਿੰਡ ਦੇ ਹਾਲਾਤ ਦੇਖੋਗੇ, ਪਿੰਡ ਐਂ ਲੱਗਦਾ ਕਿ ਦਰਿਆ ਦੇ ਵਿੱਚ ਪਿੰਡ ਬਣਾਇਆ ਗਿਆ ਹੈ। ਇੰਨੇ ਜ਼ਿਆਦਾ ਮੁਸ਼ਕਿਲ ਹਾਲਾਤ, ਇਹ ਸਾਰੇ ਪਿੰਡ ਦੇ ਲੋਕ ਮੌਤ ਬਾਹਰ ਖਲੋਤੇ ਆ। ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ, ਲੋਕ ਛੱਤਾਂ 'ਤੇ ਚੜ੍ਹ ਚੁੱਕੇ ਆ, ਲੋਕਾਂ ਦੇ ਘਰਾਂ ਦੀਆਂ ਕੰਧਾਂ 'ਚ ਦਰਾੜਾਂ ਪੈ ਚੁੱਕੀਆਂ, ਬਹੁਤ ਜ਼ਿਆਦਾ ਮਾੜੀ ਹਾਲਾਤ ਹੋ ਚੁੱਕੀ ਹੈ। ਇਸ ਘਟਨਾ ਨੂੰ ਤਕਰੀਬਨ 1.5 ਤੋਂ 2 ਦਿਨ ਹੋ ਗਿਆ, ਬਹੁਤ ਜ਼ਿਆਦਾ ਨੁਕਸਾਨ ਪਿੰਡ ਦਾ ਹੋ ਰਿਹਾ ਆ। ਅਸੀਂ ਇੱਥੇ ਆਏ ਹਾਂ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ, ਅਤੇ ਇਹਨਾਂ ਸਾਰਿਆਂ ਨੇ ਇਹੋ ਗੱਲ ਆਖੀ ਆ ਕਿ ਸਾਡੀ ਜਿੰਨੀ ਜਲਦੀ ਹੋ ਸਕਦਾ ਮਦਦ ਕੀਤੀ ਜਾਵੇ, ਕਿਉਂਕਿ ਜੇ ਪਾਣੀ ਦੁਬਾਰਾ ਛੱਡਿਆ ਗਿਆ ਤਾਂ ਹਾਲਾਤ ਹੋਰ ਵਿਗੜ ਸਕਦੇ ਆ। ਜਿਹੜੀ ਗੱਲ ਰਹੀ ਫਸਲਾਂ ਦੀ, ਫਸਲ ਇਹਨਾਂ 'ਚੋਂ ਕਿਸੇ ਦੀ ਵੀ ਨਹੀਂ ਬਚੀ ਹੈਗੀ, ਸਾਰਿਆਂ ਦੀਆਂ ਫਸਲਾਂ ਤਬਾਹ ਹੋ ਗਈਆਂ, ਭਾਵੇਂ ਕਿਸੇ ਦੀ ਮੱਕੀ ਆ, ਭਾਵੇਂ ਕਿਸੇ ਦਾ ਝੋਨਾ ਆ, ਭਾਵੇਂ ਜਿਹੜੀ ਵੀ ਕਿਸੇ ਨੇ ਫਸਲ ਬੀਜੀ ਆ, ਉਹ ਸਾਰੀਆਂ ਤਬਾਹ ਹੋ ਚੁੱਕੀਆਂ। ਅਤੇ ਜਿਹੜੀ ਗੱਲ ਰਹੀ ਆ ਮਾਲ ਡੰਗਰ ਦੀ, ਮਾਲ ਡੰਗਰ ਨੂੰ ਸਾਂਭਣਾ ਇਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ, ਕਿਉਂਕਿ ਇਹ ਆਪ ਤਾਂ ਛੱਤ 'ਤੇ ਚੜ੍ਹ ਸਕਦੇ ਆ, ਪਰ ਡੰਗਰ ਲੈ ਕੇ ਛੱਤ 'ਤੇ ਨਹੀਂ ਚੜ੍ਹ ਸਕਦੇ। ਜਿੰਨੀ ਜਲਦੀ ਹੋ ਸਕਦਾ ਪ੍ਰਸ਼ਾਸਨ ਨੂੰ ਇੱਥੇ ਪਹੁੰਚ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ।